ਹੀ ਜ਼ਿਆਦਾ ਇੰਪੋਰਟੈਂਟ ਡੇ ਹੈ। 6 ਫੇਸ ਜਿਹੜੇ ਨੇ ਹੁਣ ਤੱਕ ਹੋ ਚੁੱਕੇ ਨੇ ਅਤੇ ਆਖਿਰਲਾ ਫੇਸ ਜਿਹੜਾ ਹੈ ਉਹ ਅੱਜ ਚੱਲ ਰਿਹਾ ਹੈ। ਇਹ 7 ਸਟੇਟਾਂ ਦੇ ਅੰਦਰ ਪਲੱਸ ਇੱਕ ਯੂਨੀਅਨ ਟੈਰੀਟਰੀ ਚੰਡੀਗੜ੍ਹ ਦੇ ਅੰਦਰ ਇਹ ਸਾਰਾ ਜਿਹੜਾ ਹੈ ਅੱਜ ਵੋਟਿੰਗ ਹੋ ਰਹੀ ਹੈ ਅਤੇ ਇਹ ਬਹੁਤ ਹੀ ਇੰਪੋਰਟੈਂਟ ਹੈ ਕਿਉਂਕਿ ਇਹਦੇ ਨਾਲ ਡਿਸਾਈਡ ਹੋਏਗਾ ਕਿ ਕੌਣ ਜਾਏਗਾ ਦਿੱਲੀ ਔਰ ਕੌਣ ਬਣੇਗਾ ਸਾਡਾ ਦੇਸ਼ ਦਾ ਪ੍ਰਧਾਨ ਮੰਤਰੀ, ਕੌਣ ਬੈਠੇਗਾ ਕੁਰਸੀ 'ਤੇ ਅਤੇ ਕਿਸ ਦੇ ਸਿਰ 'ਤੇ ਸਜੇਗੀ ਇਹ ਤਾਜ। ਆਪਾਂ ਗੱਲ ਕਰਦੇ ਹਾਂ ਪੰਜਾਬ ਬਾਰੇ, ਜੇ ਹੁਣ ਤੁਹਾਨੂੰ ਡਿਟੇਲ 'ਚ ਐਨਾਲਿਸਿਸ ਕਰਕੇ ਦੱਸਾਂਗੇ ਕਿ ਪੰਜਾਬ ਦੇ ਪੂਰੇ ਜਿਹੜੇ ਨੇ 13 ਸੀਟਾਂ ਨੇ ਉਹਦੇ ਅੰਦਰ ਕੀ ਕਿਹੜਾ ਬੰਦਾ ਅੱਗੇ ਚੱਲ ਰਿਹਾ, ਫਾਈਟ ਕਿਹਦੀ ਸਟਰੋਂਗ ਚੱਲ ਰਹੀ ਹੈ। ਦੇਖਿਆ ਜਾਏ ਫਾਈਟ ਤੋਂ ਜੋ ਹੈ ਆਮ ਆਦਮੀ ਪਾਰਟੀ, ਕਿੱਥੇ ਕਿੱਥੇ ਕਾਂਗਰਸ ਅਤੇ ਕਿੱਥੇ ਬੀਜੇਪੀ ਔਰ ਕਿੱਥੇ ਕਾਂਗਰਸ, ਦੋਨਾਂ ਦਾ ਹੀ ਜਿਹੜੀ ਹੈ ਫਾਈਟ ਬਹੁਤ ਜ਼ਿਆਦਾ ਸਟਰੋਂਗ ਚੱਲ ਰਹੀ ਹੈ। ਇਸ 13 ਸੀਟਾਂ ਦੇ ਅੰਦਰ ਅੰਦਰ ਕੌਣ ਅੱਗੇ ਚੱਲ ਰਿਹਾ, ਕਿਹਦੀ ਫਾਈਟ ਸਟਰੋਂਗ ਚੱਲ ਰਹੀ ਹੈ, ਇਹਦੇ ਲਈ ਅਸੀਂ ਤੁਹਾਡੇ ਨਾਲ ਅੱਜ ਡਿਸਕਸ ਕਰਨ ਲਈ ਲਾਈਵ ਹੋਏ ਹਾਂ ਅਤੇ ਤੁਹਾਨੂੰ ਦੱਸਾਂਗੇ ਕਿ ਜਿਹੜੇ ਸੂਬੇ ਦੇ ਅੰਦਰ 13 ਜਿਹੜੀਆਂ ਸੀਟਾਂ ਨੇ ਲੋਕ ਸਭਾ ਦੀ ਸੀਟਾਂ ਨੇ ਉਹਦੇ ਅੰਦਰ 1 ਕਰੋੜ ਮਹਿਲਾ, 1,12,00,000 ਪੁਰਸ਼ ਅਤੇ 773 ਟਰਾਂਸਜੈਂਡਰ ਜਿਹੜੇ ਨੇ ਉਹ ਅੱਜ ਮਤਦਾਨ ਦੇਣਗੇ। ਇਹ ਜਿਹੜਾ ਮੁਕਾਬਲਾ ਲੱਗ ਰਿਹਾ ਹੈ ਨਾ, ਇਹ 4 ਕੋਨਾ ਮੁਕਾਬਲਾ ਲੱਗ ਰਿਹਾ ਹੈ ਜੀ, ਬਿਲਕੁਲ ਹਰ ਇੱਕ ਏਰੀਆ ਦੇ ਅੰਦਰ ਤੁਸੀਂ ਧਿਆਨ ਨਾਲ ਦੇਖੋਗੇ ਤੇ ਜਿਹੜੇ ਨੇ ਉਹ 4 ਕੋਨਾ ਮੁਕਾਬਲਾ ਜਿਹੜਾ ਹੈ ਉਹ ਦਿਖਾਈ ਦੇ ਰਿਹਾ ਹੈ ਤੇ ਹੁਣ ਇਹ ਡਿਸਾਈਡ ਹੋਏਗਾ ਕਿ 2,14,00,000 ਲੋਕ ਜਿਹੜੇ ਹੋਣਗੇ ਉਹ ਤੈਅ ਕਰਨਗੇ ਕਿ ਕੌਣ ਜਾਏਗਾ ਦਿੱਲੀ, ਕੌਣ ਬਣੇਗਾ ਆਪਣਾ ਪ੍ਰਧਾਨ ਮੰਤਰੀ। ਹੁਣ ਗੱਲ ਕਰਦੇ ਹਾਂ ਬਠਿੰਡਾ ਦੇ ਬਾਰੇ 'ਚ ਤੇ ਦੱਸਾਂਗੇ ਤੁਹਾਨੂੰ ਕਿ ਇਹ ਬਾਦਲ ਸਾਹਿਬ ਦਾ ਜਿਹੜਾ ਹੈ ਉਹ ਗੜ੍ਹ ਹੈ ਤੇ ਹੁਣ ਇਹਦੇ ਅੰਦਰ ਫਾਈਟ ਕਿਹਦੀ ਕਿਹਦੀ ਚੱਲ ਰਹੀ ਹੈ, ਆਮ ਆਦਮੀ ਪਾਰਟੀ ਜਿਹੜਾ ਹੈ ਔਰ ਨਾਲ ਹੀ ਨਾਲ ਕਾਂਗਰਸ ਜਿਹੜਾ ਹੈ ਉਹ ਕਾਫੀ ਜ਼ਿਆਦਾ ਦਿਖ ਰਿਹਾ ਤੇ ਤੁਹਾਨੂੰ ਪਹਿਲੇ ਕੈਂਡੀਡੇਟਸ ਦੱਸ ਦਿੰਦੇ ਹਾਂ ਕਿ ਕਿਹਦੇ ਵਿੱਚ ਹੋ ਰਹੀ ਹੈ ਲੜਾਈ। ਸਭ ਤੋਂ ਪਹਿਲਾਂ ਅਸੀਂ ਡਿਸਕਸ ਕਰਾਂਗੇ ਬਠਿੰਡਾ ਦੇ ਬਾਰੇ 'ਚ, ਹੁਣ ਤੁਹਾਨੂੰ ਦੱਸ ਦਈਏ ਕਿ ਇਹ ਜਿਹੜਾ ਹੈ ਉਹ ਅਕਾਲੀ ਦਾ ਗੜ੍ਹ ਹੈ। ਇੱਥੇ ਜਿਹੜੇ ਹੈ ਬੜੇ ਟਾਈਮ ਤੋਂ ਬਾਦਲ ਪਰਿਵਾਰ ਜਿਹੜਾ ਹੈ ਉਹ ਬੈਠਾ ਹੋਇਆ ਹੈ ਤੇ ਹੈਟ੍ਰਿਕ ਕਰਕੇ ਕਈ ਵਾਰੀ ਜਿੱਤ ਵੀ ਚੁੱਕੇ ਨੇ, ਲੇਕਿਨ ਇਸ ਵਾਰੀ ਲੱਗਦਾ ਹੈ ਕਿ ਉਹਨਾਂ ਦੀ ਜਿਹੜੀ ਫਾਈਟ ਹੈ ਨਾ ਉਹ ਟਫ ਹੋਏਗੀ। ਦੇਖਦੇ ਹਾਂ ਕਿ ਹੁਣ ਸਿਆਸੀ ਦਲ ਦੇ ਅੰਦਰ ਕਿਹੜੇ ਕਿਹੜੇ ਕੈਂਡੀਡੇਟਸ ਦੇ ਵਿੱਚ ਲੜਾਈ ਚੱਲ ਰਹੀ ਹੈ, ਕਿਹੜੇ ਕਿਹੜੇ ਮੁੱਦੇ ਨੇ ਜਿਹੜੇ ਉਹਨਾਂ ਨੇ ਚੱਕੇ ਨੇ। ਪਹਿਲੇ ਦੱਸ ਦਈਏ ਕਿ ਕੌਣ ਕੌਣ ਕੈਂਡੀਡੇਟਸ ਨੇ। ਪਹਿਲੇ ਨੇ ਹਰਸਿਮਰਤ ਕੌਰ ਬਾਦਲ, ਦੂਜੇ ਨੇ ਆਮ ਆਦਮੀ ਪਾਰਟੀ ਤੋਂ ਗੁਰਮੀਤ ਖੁੜੀਆਂ, ਜੀਤ ਮੋਹਿੰਦਰ ਤੇ ਪਰਮਪਾਲ ਜੀ। ਇਹ ਕਿਹਾ ਜਾਂਦਾ ਹੈ ਕਿ ਜਿਹੜਾ ਹੈ ਕਿ ਇਸ ਵਾਰੀ ਕੀ ਪਤਾ ਕਿ ਇਹ 4ਥੀ ਵਾਰੀ ਜਿੱਤ ਸਕਣਗੇ, ਕਿਉਂਕਿ 2019 ਦੀ ਗੱਲ ਕਰੀਏ ਤੇ ਹਰਸਿਮਰਤ ਕੌਰ ਬਾਦਲ ਜੀ ਜਿਹੜੇ ਨੇ ਉਹ ਜਿੱਤੇ ਸੀਗੇ ਤੇ 41% ਵੋਟ ਦੇ ਨਾਲ ਉਹ ਅੱਗੇ ਗਏ ਸੀਗੇ। ਨੈਕਸਟ ਜਿਹੜੀ ਜਗ੍ਹਾ ਹੈ ਆਪਾਂ ਜਿਹੜਾ ਡਿਸਕਸ ਕਰਾਂਗੇ ਉਹ ਹੈ ਅੰਮ੍ਰਿਤਸਰ ਦੇ ਬਾਰੇ 'ਚ। ਇੱਥੇ ਜਿਹੜੀ ਟੱਕਰ ਚੱਲ ਰਹੀ ਹੈ ਉਹ ਚੱਲ ਰਹੀ ਹੈ ਔਜਲੇ ਤੇ ਧਾਲੀਵਾਲ ਦੇ ਵਿੱਚ। ਦੱਸਾਂਗੇ ਤੁਹਾਨੂੰ ਕੌਣ ਕੌਣ ਕੈਂਡੀਡੇਟ ਨੇ ਔਰ ਕਿਹਦੇ ਵਿੱਚ ਹੋ ਰਹੀ ਹੈ ਸਿਆਸੀ ਜੰਗ। ਸਭ ਤੋਂ ਪਹਿਲਾਂ ਗੱਲ ਕਰੀਏ ਕਾਂਗਰਸ ਦੀ ਤੇ ਉਹਦੇ ਅੰਦਰ ਹੈ ਗੁਰਜੀਤ ਔਜਲਾ, ਆਪ ਦੇ ਨਾਲ ਹੈ ਕੁਲਦੀਪ ਧਾਲੀਵਾਲ, ਅਕਾਲੀ ਦੇ ਨਾਲ ਹੈ ਅਨਿਲ ਜੋਸ਼ੀ ਤੇ ਭਾਜਪਾ ਦੇ ਨਾਲ ਹੈ ਤਰਨਜੀਤ ਸੰਧੂ। ਗੱਲ ਕਰੀਏ 2019 ਦੇ ਅੰਦਰ ਤੇ ਕਾਂਗਰਸ ਦੇ ਅੰਦਰ ਜਿਹੜੇ ਨੇ ਔਜਲਾ ਸਾਹਿਬ ਜਿੱਤੇ ਸੀਗੇ, ਲੇਕਿਨ ਉਹਨਾਂ ਦੀ ਜਿਹੜੀ ਵੋਟਿੰਗ ਸੀਗੀ ਉਹ 51.8% ਵੋਟ ਦੇ ਨਾਲ ਜਿੱਤ ਹਾਸਿਲ ਕੀਤੀ ਸੀ ਉਹਨਾਂ ਨੇ। ਲੇਕਿਨ ਇਸ ਵਾਰੀ ਕਿਹਾ ਜਾ ਰਿਹਾ ਹੈ ਕਿ ਹਰ ਬੰਦਾ ਇਹਦੇ ਲਈ ਇਹਨਾਂ ਦੇ ਲਈ ਪ੍ਰਚਾਰ ਲਈ ਆਇਆ ਸੀ। ਅੰਮ੍ਰਿਤਸਰ ਦੀ ਗੱਲ ਕਰਦੇ ਹਾਂ ਤਾਂ ਇਹਦੇ ਅੰਦਰ ਵੀ ਤੁਹਾਨੂੰ 4 ਕੋਨਾ ਮੁਕਾਬਲਾ ਦੇਖਣ ਨੂੰ ਮਿਲੇਗਾ। ਗੱਲ ਕਰਦੇ ਹਾਂ ਗੁਰਜੀਤ ਔਜਲਾ ਦੇ ਬਾਰੇ 'ਚ, ਇੱਥੇ ਉਹਨਾਂ ਦੇ ਪ੍ਰਚਾਰ ਲਈ ਆਏ ਸੀਗੇ ਰਾਹੁਲ ਗਾਂਧੀ, ਖੜਕੇ ਜੀ ਔਰ ਥਰੂਰ ਜੀ। ਜੇ ਗੱਲ ਕਰੀਏ ਆਮ ਆਦਮੀ ਪਾਰਟੀ ਲਈ ਪ੍ਰਚਾਰ ਲਈ ਆਏ ਨੇ ਇੱਧਰ ਕੇਜਰੀਵਾਲ ਤੇ ਆਏ ਨੇ ਨਾਲ ਹੀ ਨਾਲ ਆਪਣੇ ਭਗਵੰਤ ਮਾਨ ਸੀਐਮ ਸਾਹਿਬ ਨੇ ਮਿਲ ਕੇ ਇੱਥੇ ਪ੍ਰਚਾਰ ਕੀਤਾ ਸੀ। ਇਹ ਫਾਈਟ ਜਿਹੜੀ ਅੰਮ੍ਰਿਤਸਰ ਦੀ ਗੱਲ ਕਰ ਰਹੇ ਹਾਂ ਆਪਾਂ, ਇਹ ਫਾਈਟ ਬਹੁਤ ਹੀ ਜ਼ਿਆਦਾ ਤਗੜੀ ਹੈ। ਇਹ 4 ਕੈਂਡੀਡੇਟ ਸਿਆਸੀ ਜੰਗ ਜਿਹੜੀ ਹੈ ਨਾ ਉਹ ਇਸ ਜਗ੍ਹਾ ਤੇ ਤੁਸੀਂ ਦੇਖ ਸਕਦੇ ਹੋ, ਦੇਖਣ ਨੂੰ ਮਿਲੇਗੀ ਤੇ ਅੱਗੇ ਅੱਗੇ ਦੇਖਦੇ ਹਾਂ ਕਿ ਬਹੁਤ ਟਫ ਫਾਈਟ ਹੈ। ਜੋ ਜਿੱਤੇਗਾ ਉਹ ਥੋੜ੍ਹੇ ਘੱਟ ਮਾਰਜਨ ਦੇ ਨਾਲ ਜਿੱਤੇਗਾ। ਨੈਕਸਟ ਜਿਹੜੀ ਜਗ੍ਹਾ ਅਸੀਂ ਤੁਹਾਨੂੰ ਡਿਸਕਸ ਕਰਨ ਜਾ ਰਹੇ ਹਾਂ ਉਹ ਹੈ ਸੰਗਰੂਰ। ਇੱਥੇ ਤੁਹਾਨੂੰ ਪਹਿਲੇ ਕੈਂਡੀਡੇਟ ਦੱਸ ਦਿੰਦੇ ਹਾਂ ਕਿ ਕੌਣ ਕੌਣ ਕੈਂਡੀਡੇਟ ਨੇ। ਆਪ ਤੋਂ ਆ ਰਹੇ ਨੇ ਮੀਤ ਹੈਰ, ਕਾਂਗਰਸ ਤੋਂ ਨੇ ਸੁਖਪਾਲ ਖਹਿਰਾ, ਭਾਜਪਾ ਤੋਂ ਨੇ ਅਰਵਿੰਦ ਖੰਨਾ, ਔਰ ਅਗਰ ਗੱਲ ਕਰੀਏ ਅਕਾਲੀ ਤੋਂ ਸੰਗਰੂਰ 'ਚ ਤੁਸੀਂ ਦੇਖ ਸਕਦੇ ਹੋ ਕਿ ਟਫ ਫਾਈਟ ਹੋ ਰਹੀ ਹੈ ਅਕਾਲੀ ਦਲ ਅੰਮ੍ਰਿਤਸਰ ਤੋਂ ਸਿਮਰਨਜੀਤ ਸਿੰਘ ਮਾਨ ਦੀ ਵੀ।
ਤੇ ਦੇਖਦੇ ਹਾਂ ਕਿ ਇੱਥੇ ਹੁਣ ਕਿਹੜਾ ਕੈਂਡੀਡੇਟ ਹੈ ਜਿਹੜਾ ਬਾਜ਼ੀ ਮਾਰ ਜਾਏਗਾ। ਟਫ ਹੈ, ਸੰਗਰੂਰ ਦੀ ਵੀ ਫਾਈਟ ਜਿਹੜੀ ਹੈ ਉਹ ਲੜਾਈ ਜਿਹੜੀ ਹੈ ਉਹ ਕਾਫੀ ਜ਼ਿਆਦਾ ਜਿਹੜੀ ਹੈ ਉਹ ਟਫ ਹੁੰਦੀ ਜਾ ਰਹੀ ਹੈ। ਨੈਕਸਟ ਹੈ ਫਤਿਹਗੜ੍ਹ ਸਾਹਿਬ ਜੀ, ਇਹਦੇ ਤੁਹਾਨੂੰ ਦੱਸ ਦਈਏ ਕਿ ਜਿਹੜਾ ਆਪ ਹੈ ਔਰ ਕਾਂਗਰਸ ਹੈ ਉਹ ਟੱਕਰ 'ਚ ਹੈ ਇੱਕ ਦੂਜੇ ਦੇ ਨਾਲ। ਸ਼ਹਿਰਾਂ ਦੇ ਅੰਦਰ ਤੁਸੀਂ ਦੇਖ ਸਕਦੇ ਹੋ ਕਿ ਬੀਜੇਪੀ ਵੀ ਲੜਾਈ ਕਰਦੀ ਹੋਈ ਦਿਖ ਰਹੀ ਹੈ, ਲੇਕਿਨ ਅਕਾਲੀ ਜਿਹੜਾ ਹੈ ਉਹ ਕਿਤੇ ਨਾ ਕਿਤੇ ਹਾਲੇ ਇਸ ਏਰੀਆ ਦੇ ਅੰਦਰ ਇੰਨਾ ਜ਼ਿਆਦਾ ਅੱਗੇ ਹੋ ਕਰ ਆ ਨਹੀਂ ਪਾਇਆ ਹੈ। ਤੁਹਾਨੂੰ ਕੈਂਡੀਡੇਟਸ ਦੇ ਨਾਮ ਦੱਸ ਦਿੰਦੇ ਹਾਂ। ਕੈਂਡੀਡੇਟਸ ਕਾਂਗਰਸ ਤੋਂ ਨੇ ਅਮਰ ਸਿੰਘ ਜੀ, ਆਪ ਤੋਂ ਨੇ ਗੁਰਪ੍ਰੀਤ ਸਿੰਘ ਜੀ, ਭਾਜਪਾ ਤੋਂ ਹੈ ਗੈਜਾ ਰਾਮ ਜੀ ਔਰ ਅਕਾਲੀ ਤੋਂ ਨੇ ਵਿਕਰਮਜੀਤ ਜੀ। ਤੁਹਾਨੂੰ ਦੱਸ ਦਈਏ ਕਿ ਕਾਂਗਰਸ ਦੇ ਅੰਦਰ 2019 ਦੇ ਅੰਦਰ ਇੱਥੇ ਜਿਹੜੇ ਨੇ ਅਮਰ ਸਿੰਘ ਜੀ ਜਿੱਤੇ ਨੇ ਔਰ ਜੋ ਜਿਹੜੀ ਉਹਨਾਂ ਦੀ ਪਰਸੈਂਟੇਜ ਸੀਗੀ ਉਹ ਸੀਗੀ 41.8%। ਹੁਣ ਅਸੀਂ ਤੁਹਾਨੂੰ ਡਿਸਕਸ ਕਰਾਂਗੇ, ਐਨਾਲਾਈਜ਼ ਕਰਕੇ ਤੁਹਾਨੂੰ ਦੱਸ ਰਿਹਾ। ਨੈਕਸਟ ਜਿਹੜੀ ਜਗ੍ਹਾ ਹੈ ਉਹ ਹੈ ਹੁਸ਼ਿਆਰਪੁਰ। ਹੁਸ਼ਿਆਰਪੁਰ ਦੇ ਪਹਿਲੇ ਜਿਹੜਾ ਸੀਗਾ ਉਹ ਨੇਤਾ ਜਿਹੜਾ ਸੀਗੇ ਉੱਥੇ ਉਹ ਜ਼ਿਆਦਾ ਕਹਿ ਲਓ ਕਿ ਉਹਨਾਂ ਦੇ ਅੰਦਰ ਉਨੀ ਸਪਿਰਿਟ ਨਹੀਂ ਸੀਗੀ, ਲੇਕਿਨ ਜਦ ਤੋਂ ਬਾਅਦ ਮੋਦੀ ਜੀ ਆਏ ਨੇ ਔਰ ਮੋਦੀ ਜੀ ਨੇ ਆਉਂਦੇ ਸਾਰੀ ਉਹਨਾਂ ਨੂੰ ਸਾਰੇ ਜਿਹੜੇ ਨੇ ਨੇਤਾ ਸੀਗੇ ਉਹਨਾਂ ਨੂੰ ਇਕਜੁੱਟ ਕਰਤਾ ਸੀਗਾ, ਤੇ ਇੱਥੇ ਜਿਹੜਾ ਹੈ ਉਹ ਮੁਕਾਬਲਾ ਹੈ ਹੁਣ ਆਪ ਤੇ ਭਾਜਪਾ ਦੇ ਵਿੱਚ। ਤੁਹਾਨੂੰ ਦੱਸ ਦਈਏ ਕਿ ਕਿਹੜੇ ਕਿਹੜੇ ਕੈਂਡੀਡੇਟਸ ਨੇ ਹੁਸ਼ਿਆਰਪੁਰ ਤੋਂ। ਹੁਣ ਤੁਹਾਨੂੰ ਦੇ ਦਿੰਦੇ ਹਾਂ ਕੈਂਡੀਡੇਟਸ ਦੀ ਜਾਣਕਾਰੀ। ਅਨੀਤਾ ਜੀ ਹੈਗੇ ਨੇ ਭਾਜਪਾ ਤੋਂ, ਰਾਜ ਕੁਮਾਰ ਜੀ ਆਮ ਆਦਮੀ ਪਾਰਟੀ ਤੋਂ, ਕਾਂਗਰਸ ਤੋਂ ਖੜੇ ਨੇ ਯਾਮਿਨੀ ਜੀ ਔਰ ਅਕਾਲੀ ਤੋਂ ਖੜੇ ਨੇ ਸੋਹਨ ਸਿੰਘ ਜੀ। ਤੁਹਾਨੂੰ ਦੱਸ ਦਈਏ ਕਿ 2019 ਦੇ ਅੰਦਰ ਭਾਜਪਾ ਜਿਹੜੀ ਸੀਗੀ ਉਹ 'ਚ ਸੋਮ ਪ੍ਰਕਾਸ਼ ਜੀ ਜਿੱਤੇ ਸੀਗੇ ਔਰ ਉਹਨਾਂ ਦੀ ਜਿਹੜੀ ਪਰਸੈਂਟੇਜ ਸੀਗੀ ਉਹ ਸੀ 42.5%। ਇੱਥੇ ਵੀ ਜਿਹੜਾ ਹੈ ਜਿਹੜਾ ਆਮ ਆਦਮੀ ਪਾਰਟੀ ਹੈ ਉਹ ਗਾਓਂ ਅਤੇ ਜਿਹੜੀ ਪਿੰਡ ਅਤੇ ਸ਼ਹਿਰ ਨੇ ਦੋਨਾਂ 'ਚ ਉਹਨਾਂ ਨੇ ਆਪਣੀ ਜਗ੍ਹਾ ਮਜ਼ਬੂਤ ਬਣਾਈ ਹੋਈ ਹੈ, ਅਤੇ ਮੋਦੀ ਜੀ ਦੇ ਆਉਣ ਤੋਂ ਬਾਅਦ ਇੱਕ ਵਾਰੀ ਫਿਰ ਤੋਂ ਇਸ ਜਗ੍ਹਾ ਨੇ ਜਿਹੜੀ ਹੈ ਪਕੜ ਲਿੱਤੀ ਸੀ। ਫਾਈਟ ਜਿਹੜੀ ਹੈ ਟਫ ਹੈ, ਤੁਸੀਂ ਦੇਖ ਸਕਦੇ ਹੋ ਜਿਵੇਂ ਮੈਂ ਤੁਹਾਨੂੰ ਕਿਹਾ ਸੀਗਾ ਕਿ ਜਿਹੜੇ ਚਾਰ ਕੋਨਾ ਜਿਹੜਾ ਮੁਕਾਬਲਾ ਚੱਲ ਰਿਹਾ ਉਹ ਕਈ ਕਈ ਆਪਣੇ ਜਿਹੜੇ 13 ਲੋਕ ਸਭਾ ਸੀਟਾਂ ਨੇ ਉਹਦੇ ਉੱਤੇ ਹਰ ਕਿਤੇ ਨਾ ਕਿਤੇ ਇਹ ਤੁਹਾਨੂੰ ਫਾਈਟ ਨਜ਼ਰ ਆਏਗੀ ਕਿ ਚਾਰ ਜਿਹੜੇ ਬੰਦੇ ਨੇ ਉਹ ਕਿਤੇ ਨਾ ਕਿਤੇ ਪ੍ਰੋਮੀਨੈਂਟ ਤੌਰ ਤੇ ਤੁਹਾਨੂੰ ਨਜ਼ਰ ਆਣਗੇ। ਅਗਲੇ ਆਪਾਂ ਚੱਲਦੇ ਹਾਂ ਜਲੰਧਰ ਦੇ ਬਾਰੇ ਗੱਲ ਕਰਦੇ ਹਾਂ। ਜਲੰਧਰ 'ਚ ਤੁਹਾਨੂੰ ਦੱਸ ਦਈਏ ਕਿ ਕਾਂਗਰਸ ਕੀ ਭਾਜਪਾ ਦੇ ਨਾਲ ਔਰ ਆਪ ਦੇ ਨਾਲ ਟੱਕਰ ਬੜੀ ਬੜੀ ਹੀ ਜ਼ਿਆਦਾ ਜਿਹੜੀ ਇਹ ਦਿਖਾਈ ਦੇ ਰਹੀ ਹੈ, ਅਤੇ ਜੇ ਆਪਾਂ ਗੱਲ ਕਰੀਏ BSP ਦੀ ਔਰ ਅਕਾਲੀ ਦੇ ਨਾਲ ਉਹ ਵੀ ਇਸ ਮੁਕਾਬਲੇ ਦੇ ਅੰਦਰ ਜਿਹੜੇ ਨੇ ਉਹ ਜੁੜੇ ਹੋਏ ਨੇ, ਉਹਨਾਂ ਦੀ ਫਾਈਟ ਔਨ ਹੈ ਕਿਉਂਕਿ ਇਹ ਬਹੁਤ ਵੱਡਾ ਮੁੱਦਾ ਹੈ। ਅੱਜ ਦੀ ਜਿਹੜੀ ਡੇਟ ਹੈ ਉਹ ਹੈ 1 ਜੂਨ, ਰਿਜ਼ਲਟ ਆ ਜਾਏਗਾ 4 ਤਰੀਕ ਨੂੰ ਔਰ ਇਹ ਡਿਸਾਈਡ ਕਰੇਗਾ ਕਿ ਕੌਣ ਬਣੇਗਾ ਸਾਡਾ ਪ੍ਰਧਾਨ ਮੰਤਰੀ ਔਰ ਕੌਣ ਬੈਠੇਗਾ ਉਸ ਕੁਰਸੀ ਦੇ ਉੱਤੇ, ਕਿਹਦੇ ਸਿਰ ਤੇ ਸਜੇਗਾ ਉਹ ਤਾਜ। ਜੇ ਆਪਾਂ ਜਲੰਧਰ ਦੀ ਗੱਲ ਕਰਦੇ ਹਾਂ ਤਾਂ ਇੱਥੇ ਜਿਹੜੀ ਫਾਈਟ ਜਿਹੜੀ ਪ੍ਰੋਮੀਨੈਂਟ ਨਜ਼ਰ ਆ ਰਹੀ ਹੈ ਉਹ ਨਜ਼ਰ ਆ ਰਹੀ ਹੈ ਕਾਂਗਰਸ ਔਰ ਆਮ ਆਦਮੀ ਪਾਰਟੀ ਦੇ ਵਿੱਚ। ਤੁਹਾਨੂੰ ਦੱਸ ਦਿੰਦੇ ਹਾਂ ਕਿ ਕਿਹੜੇ ਕਿਹੜੇ ਕੈਂਡੀਡੇਟਸ ਨੇ ਜਿਹੜੀ ਸਿਆਸੀ ਤੌਰ ਦੇ ਉੱਪਰ ਆਪਸ 'ਚ ਲੜ ਰਹੇ ਨੇ ਕਿ ਕੌਣ ਜਿੱਤੇਗਾ ਔਰ ਕੌਣ ਅੱਗੇ ਜਾਏਗਾ। ਸਭ ਤੋਂ ਪਹਿਲਾਂ ਕਾਂਗਰਸ ਤੋਂ ਨੇ ਚਰਨਜੀਤ ਸਿੰਘ ਜੀ ਚੰਨੀ, ਇਹ ਆਪਣੇ CM ਵੀ ਰਹਿ ਚੁੱਕੇ ਨੇ, ਹੁਣ ਦੁਬਾਰਾ ਤੋਂ ਉਹ ਜਲੰਧਰ ਦੀ ਜਿਹੜੀ ਹੈ ਕਮਾਨ ਉਹਨਾਂ ਨੇ ਫੜ ਲਈ ਹੈ ਅਤੇ ਹੁਣ ਅੱਗੇ ਜਾ ਰਹੇ ਨੇ ਆਪਣੀ ਲੜਾਈ ਦੇ ਨਾਲ। ਨੈਕਸਟ ਜਿਹੜੇ ਨੇ ਭਾਜਪਾ ਤੋਂ ਉਹਨੇ ਸੁਸ਼ੀਲ ਰਿੰਕੂ ਜੀ, ਜਿਹੜੀ ਮੈਂ ਤੁਹਾਨੂੰ ਕਿਹਾ ਕਿ ਕਾਂਗਰਸ ਔਰ ਆਮ ਆਦਮੀ ਪਾਰਟੀ ਜਿਹੜੀ ਉਹ ਆਪਸ 'ਚ ਲੜ ਰਹੀ ਹੈ ਉਹ ਹੈ ਪਵਨ ਢੀਨੋ ਜੀ ਔਰ ਅਕਾਲੀ ਤੋਂ ਨੇ ਮਹਿੰਦਰ KP ਜੀ। ਇਹ ਫਾਈਟ ਕਾਫੀ ਟਫ ਹੈ ਇੱਧਰ ਵੀ। ਹੁਣ ਗੱਲ ਕਰਦੇ ਹਾਂ ਲੁਧਿਆਣਾ ਦੇ ਬਾਰੇ 'ਚ, ਤੇ ਇੱਥੇ ਜਿਹੜਾ ਹੈ ਇੱਥੇ ਜਿਵੇਂ ਮੈਂ ਤੁਹਾਨੂੰ ਪਹਿਲਾਂ ਤਾਂ ਕਹਿ ਰਹੀ ਹਾਂ ਕਿ ਚਾਰ ਕੋਨਾ ਜਿਹੜਾ ਹੈ ਉਹ ਮੁਕਾਬਲਾ ਚੱਲ ਰਿਹਾ, ਲੇਕਿਨ ਆਪਣੇ ਲੁਧਿਆਣਾ ਦੇ ਅੰਦਰ ਅੰਦਰ 3 ਕੋਨਾ ਜਿਹੜਾ ਇਸ ਵਾਰੀ ਜਿਹੜਾ ਹੈ ਮੁਕਾਬਲਾ ਬਹੁਤ ਜ਼ਿਆਦਾ ਦਿਖਣ ਨੂੰ ਆ ਰਿਹਾ। ਉਹ ਹੈ ਰਵਨੀਤ ਸਿੰਘ ਬਿੱਟੂ BJP ਪਾਰਟੀ ਦੇ ਨਾਲ, ਅਮਰਿੰਦਰ ਸਿੰਘ ਰਾਜਾ ਵੜਿੰਗ ਕਾਂਗਰਸ ਦੇ ਨਾਲ ਔਰ ਅਸ਼ੋਕ ਪਰਾਸ਼ਰ ਪੱਪੀ ਜਿਹੜੇ ਨੇ ਉਹ ਆਮ ਆਦਮੀ ਪਾਰਟੀ ਦੇ ਨਾਲ। ਲੁਧਿਆਣਾ ਜਿਹੜਾ ਹੈ ਬਹੁਤ ਹੀ ਇੰਪੋਰਟੈਂਟ, ਬਹੁਤ ਹੀ ਹੱਬ ਹੈ, ਹਰ ਇੱਕ ਦਾ ਮੁੱਦਾ ਰਹਿੰਦਾ, ਹਰ ਇੱਕ ਬੰਦਾ ਇਹਨੂੰ ਡਿਸਕਸ ਕਰਨਾ ਚਾਹੁੰਦਾ ਕਿਉਂਕਿ ਆਪਣਾ ਇੰਡਸਟਰੀਅਲ ਏਰੀਆ, ਇੱਥੇ ਬਹੁਤ ਸਾਰੇ ਪ੍ਰਵਾਸੀ ਨੇ, ਇੱਥੇ ਬਹੁਤ ਸਾਰੀ ਲੇਬਰ ਹੈ, ਹਰ ਚੀਜ਼ ਦੀ ਡਿਮਾਂਡ ਹੈ। ਲੁਧਿਆਣਾ ਇੱਕ ਸੈਂਟਰ ਹੈ, ਇਹਨੂੰ ਮੈਨਚੈਸਟਰ ਕਿਹਾ ਜਾਂਦਾ ਹੈ, ਇਹਦੇ ਲਈ ਕਿਹਾ ਜਾਂਦਾ ਕਿਉਂਕਿ ਇਹ ਬਿਜ਼ਨਸ ਦੀ ਜਿਹੜੀ ਹੈ ਉਹ ਜੜ ਪਕੜ ਕੇ ਰੱਖਦਾ ਹੈ।
ਇਹ ਆਪਣੇ ਇਧਰੋਂ ਬਹੁਤ ਵੱਡੇ ਵੱਡੇ ਜਿਹੜੇ ਬਿਜ਼ਨਸਮੈਨ ਨੇ ਉਹ ਅੱਗੇ ਜਾ ਕੇ ਦਿੱਲੀ ਨੂੰ ਰਿਪ੍ਰੈਜ਼ੈਂਟ ਕੀਤਾ ਹੋਇਆ, ਤੇ ਇਹ ਜਿਹੜੀ ਸੀਟ ਹੈ ਇਹ ਸੀਟ ਦੀ ਫਾਈਟ ਬਹੁਤ ਜ਼ਿਆਦਾ ਤਗੜੀ ਹੈ, ਇਹਦਾ ਇਹਦਾ ਜਿਹੜਾ ਮੁਕਾਬਲਾ, ਇਹਦੀ ਜਿਹੜੀ ਟੱਕਰ ਹੈ, ਸਿਆਸੀ ਜੰਗ ਜਿਹੜੀ ਹੈ ਉਹ ਬਹੁਤ ਜ਼ਿਆਦਾ ਹੀ ਤਗੜੀ ਹੈ। ਆਪਾਂ ਗੱਲ ਕਰਦੇ ਹਾਂ ਤੁਹਾਨੂੰ, ਜਿਵੇਂ ਮੈਂ ਤੁਹਾਨੂੰ ਦੱਸਦਾ ਹੋਇਆ, ਲੇਕਿਨ ਫਿਰ ਵੀ ਤੁਹਾਨੂੰ ਦੱਸ ਦਿੰਦੀ ਹਾਂ ਕਿ ਕਿਹੜਾ ਕੈਂਡੀਡੇਟ ਕਿਹੜੀ ਪਾਰਟੀ ਨੂੰ ਬਿਲੋਂਗ ਕਰਦਾ ਹੈ। ਇਹ ਤੁਹਾਡਾ ਹੱਕ ਹੈ, ਵੋਟ ਪਾਓ, ਇਟ ਇਜ਼ ਵੈਰੀ ਇੰਪੋਰਟੈਂਟ। ਸੋ ਸਭ ਤੋਂ ਪਹਿਲਾਂ ਦੱਸ ਦਈਏ ਕਿ ਭਾਜਪਾ ਤੋਂ ਨੇ ਰਵਨੀਤ ਸਿੰਘ ਬਿੱਟੂ ਜੀ, ਜਿਹੜੇ ਨੇ ਉਹ ਪਹਿਲੇ ਕਾਂਗਰਸ ਪਾਰਟੀ ਤੋਂ ਸੀਗੇ, ਲੇਕਿਨ ਹੁਣ ਇਸ ਇਲੈਕਸ਼ਨ ਦੇ ਪਹਿਲੇ ਪਹਿਲੇ ਮੈਂਬਰ ਪਾਰਲੀਮੈਂਟ ਦੀ ਸੀਟ ਤੋਂ ਪਹਿਲੇ ਪਹਿਲੇ ਇਹਨਾਂ ਨੇ ਭਾਜਪਾ ਜੁਆਇਨ ਕਰ ਲਈ ਸੀਗੀ। ਭਾਜਪਾ ਜੁਆਇਨ ਕਰਦੇ ਸਾਰ ਹੀ ਉਹਨਾਂ ਨੇ ਆਪਣਾ ਪ੍ਰਚਾਰ ਸ਼ੁਰੂ ਕਰਤਾ, ਇੱਥੇ ਲੁਧਿਆਣਾ 'ਚ ਉਹਨਾਂ ਦਾ ਕਾਫੀ ਬੋਲਬਾਲਾ ਹੈ, ਅਤੇ ਉਹਨਾਂ ਦੀ ਕਾਫੀ ਟਫ ਫਾਈਟ ਜਿਹੜੀ ਉਹਨਾਂ ਨੂੰ ਮਿਲ ਰਹੀ ਹੈ ਉਹ ਮਿਲ ਰਹੀ ਹੈ ਅਮਰਿੰਦਰ ਸਿੰਘ ਰਾਜਾਵੜਿੰਗ ਦੇ ਨਾਲ, ਉਹ ਕਾਂਗਰਸ ਨੂੰ ਰਿਪ੍ਰੈਜ਼ੈਂਟ ਕਰ ਰਹੇ ਨੇ। ਜੇ ਆਪਾਂ ਗੱਲ ਕਰੀਏ ਅਕਾਲੀ ਦੀ, ਤਾਂ ਇੱਥੇ ਰਣਜੀਤ ਢਿੱਲੋਂ ਜੀ, ਅਤੇ ਉਹ ਤੋਂ ਇਲਾਵਾ ਅਸ਼ੋਕ ਪਰਾਸ਼ਰ ਪੱਪੀ ਜੀ ਦੇ, ਉਹ ਨੇ ਆਮ ਆਦਮੀ ਪਾਰਟੀ ਤੋਂ। ਇਹ ਚਾਰੋਂ ਜਣੇ ਜਿਹੜੇ ਨੇ ਆਪਸ 'ਚ ਟੱਕਰ ਦੀ ਹੈ ਇਹਨਾਂ ਦੀ ਜੰਗ, ਔਰ ਡਿਸਾਈਡ ਕਰੇਗਾ ਕਿ ਕੌਣ ਬਣ ਸਕਦਾ ਹੈ ਮੈਂਬਰ ਪਾਰਲੀਮੈਂਟ। ਇਹ ਪ੍ਰਚਾਰ ਕਾਫੀ ਟਾਈਮ ਤੋਂ ਚੱਲ ਰਿਹਾ ਲੁਧਿਆਣਾ ਤੋਂ, ਇਹਦੇ ਇਹਨਾਂ ਦੇ ਪ੍ਰਚਾਰ ਲਈ ਰਾਹੁਲ ਗਾਂਧੀ ਜੀ ਆਏ, ਯੋਗੀ ਜੀ ਆਏ, ਅਮਿਤ ਸ਼ਾਹ ਜੀ ਆਏ, ਕਾਫੀ ਬੰਦੇ ਤੁਸੀਂ ਦੇਖ ਸਕਦੇ ਹੋ, ਅਰਵਿੰਦ ਕੇਜਰੀਵਾਲ ਜੀ ਆਏ, ਆਪਣੇ ਭਗਵੰਤ ਮਾਨ ਜੀ ਆਏ, ਕਾਫੀ ਸਾਰੀ ਰੋਡ ਸ਼ੋਅਜ਼ ਹੋਏ। ਲੁਧਿਆਣਾ ਇੱਕ ਹੱਬ ਹੈ ਔਰ ਇੱਕ ਬਹੁਤ ਹੀ ਇੰਪੋਰਟੈਂਟ ਸੈਂਟਰ ਮੰਨਿਆ ਜਾਂਦਾ ਹੈ ਕਿ ਕੌਣ ਬਣੇਗਾ ਮੈਂਬਰ ਪਾਰਲੀਮੈਂਟ ਔਰ ਕੌਣ ਜਾਏਗਾ ਅੱਗੇ ਦਿੱਲੀ। ਇਹ ਬਹੁਤ ਹੀ ਇੰਪੋਰਟੈਂਟ ਡਿਸੀਜਨ ਹੈ, ਵੋਟ ਤੁਸੀਂ ਦੇ ਸਕਦੇ ਹੋ। ਹੁਣ ਜਿਹੜੀ ਆਪਾਂ ਗੱਲ ਕਰਨ ਜਾ ਰਹੇ ਹਾਂ ਅਗਲੀ ਲੋਕ ਸਭਾ ਸੀਟ ਦੇ ਬਾਰੇ, ਹੁਣ ਜਿਹੜਾ ਨਵਾਂ ਸ਼ਹਿਰ ਹੈ ਉਹ ਹੈ ਫਿਰੋਜ਼ਪੁਰ। ਫਿਰੋਜ਼ਪੁਰ ਦੇ ਬਾਰੇ ਤੁਹਾਨੂੰ ਦੱਸ ਦਈਏ ਕਿ ਆਮ ਆਦਮੀ ਪਾਰਟੀ ਔਰ ਕਾਂਗਰਸ ਦੇ ਅੰਦਰ ਬੜੀ ਹੀ ਤਗੜੀ ਟੱਕਰ ਹੈ, ਅਤੇ ਇਹਨਾਂ ਦੀ ਟੱਕਰ ਦੇ ਲਈ ਵੱਡੇ ਵੱਡੇ ਦਿੱਗਜ ਜਿਹੜੇ ਨੇ ਉਹ ਫਿਰੋਜ਼ਪੁਰ ਦੇ ਅੰਦਰ ਆਏ ਸੀਗੇ, ਔਰ ਇਹਨਾਂ ਦੇ ਜਿਹੜੇ ਨੇ ਇਹ ਪੂਰੀ ਜਿਹੜੀ ਰੈਲੀ ਹੈ ਉਹਦੇ ਅੰਦਰ ਪੂਰਾ ਕੰਟਰੀਬਿਊਸ਼ਨ ਕੀਤਾ ਸੀਗਾ, ਕਿਉਂਕਿ ਇਹ ਸਿਆਸੀ ਜੰਗ ਹੈ ਔਰ ਇਸ ਜੰਗ ਦੇ ਅੰਦਰ ਅੰਦਰ ਜਿੱਤੇਗਾ ਉਹੀ ਜੋ ਜਨਤਾ ਦੇ ਮਨ ਦੇ ਅੰਦਰ ਉਤਰ ਜਾਏਗਾ, ਉਹਨਾਂ ਦੇ ਮਨ ਨੂੰ ਉਹਨਾਂ ਦੀ ਜਿਹੜੇ ਵੀ ਉਹਨਾਂ ਦੀ ਡਿਮਾਂਡਸ ਨੇ ਉਹ ਪੂਰੀ ਕਰ ਸਕੇਗਾ। ਅਤੇ ਤੁਹਾਨੂੰ ਕੈਂਡੀਡੇਟਸ ਦੱਸ ਦੇਣੇ ਆ। ਸਭ ਤੋਂ ਪਹਿਲਾਂ ਜੇ ਗੱਲ ਕਰੀਏ ਆਮ ਆਦਮੀ ਪਾਰਟੀ ਦੀ, ਤਾਂ ਉੱਥੇ ਹੈਗੇ ਨੇ ਕਾਕਾ ਬਰਾੜ ਜੀ। ਜੇ ਗੱਲ ਕਰੀਏ ਕਾਂਗਰਸ ਦੀ, ਤਾਂ ਉੱਥੇ ਹੈ ਸ਼ੇਰ ਸਿੰਘ ਜੀ। ਭਾਜਪਾ 'ਚ ਹੈ ਰਾਣਾ ਗੁਰਮੀਤ ਜੀ, ਅਤੇ ਅਕਾਲੀ ਤੋਂ ਨੇ ਨਿਰਦੇਸ਼ ਸਿੰਘ ਜੀ। ਮੈਂ ਤੁਹਾਨੂੰ ਦੱਸ ਦਈਏ ਕਿ ਜਿਹੜੀ 2019 ਦੇ ਅੰਦਰ ਜੋ ਸੀਗਾ ਅਕਾਲੀਆਂ ਨੇ ਜਿਹੜੀ ਜਿੱਤ ਹਾਸਿਲ ਕੀਤੀ ਸੀ ਲਾਸਟ ਟਾਈਮ, ਔਰ 54.1 ਫੀਸਦੀ ਤੋਂ ਜਿਹੜੀ ਉਹਨਾਂ ਨੇ ਜਿੱਤ ਹਾਸਿਲ ਕੀਤੀ ਸੀਗੀ, ਲੇਕਿਨ ਇਸ ਵਾਰੀ ਜਿਹੜਾ ਦੇਖਣ ਨੂੰ ਆ ਰਿਹਾ ਕਿ ਆਪ ਔਰ ਕਾਂਗਰਸ ਇਸ ਜਗ੍ਹਾ ਦੇ ਉੱਤੇ ਬਾਜ਼ੀ ਮਾਰ ਚੁੱਕੇ, ਔਰ ਇਹਨਾਂ ਦੇ ਲਈ ਵੱਡੇ ਵੱਡੇ ਦਿੱਗਜ ਜਿਹੜੇ ਨੇ, ਜੇ ਆਪਾਂ ਗੱਲ ਕਰੀਏ ਰੱਖਿਆ ਮੰਤਰੀ ਰਾਜਨਾਥ ਸਿੰਘ ਜੀ, ਰਾਜਸਥਾਨ ਦੇ ਭਜਨ ਲਾਲ ਸ਼ਰਮਾ ਜੀ ਔਰ ਵਿਨੇ ਰੂਪਾਣੀ ਜੀ, ਇਹ ਸਾਰੇ ਜਣੇ ਆਏ ਸੀਗੇ ਭਾਜਪਾ ਨੂੰ ਸਪੋਰਟ ਕਰਨ ਲਈ। ਰੈਲੀ ਕੱਢੀ ਸੀਗੀ ਉਹਨਾਂ ਨੇ, ਆਪਣਾ ਦਿੱਤਾ ਸੀ ਆਸ਼ਵਾਸਨ, ਆਪਣੇ ਆਪਣੇ ਮੁੱਦੇ ਦੱਸੇ ਸੀ ਕਿ ਅਸੀਂ ਕੀ ਕਰਾਂਗੇ ਪੰਜਾਬ ਲਈ ਔਰ ਕਿਵੇਂ ਪੰਜਾਬ ਨੂੰ ਰੰਗਲਾ ਪੰਜਾਬ ਬਣਾ ਕੇ ਅੱਗੇ ਲੈ ਕੇ ਜਾਣਗੇ। ਹੁਣ ਜੇ ਗੱਲ ਕਰੀਏ ਆਪ ਦੇ ਅੰਦਰ ਵੀ ਗੱਲ ਕਰੀਏ, ਆਮ ਆਦਮੀ ਪਾਰਟੀ ਦੇ ਜਗਦੀਸ਼ ਬਰਾੜ ਜੀ ਜਿਹੜੇ ਨੇ ਉਹ ਆਏ ਸੀਗੇ ਪੂਰੇ ਦੇ ਪੂਰੇ ਪਕਸ਼ ਦੇ ਅੰਦਰ, ਤੇ ਕੇਜਰੀਵਾਲ ਜੀ ਔਰ ਭਗਵੰਤ ਮਾਨ ਜੀ ਦੇ ਨਾਲ ਨਾਲ ਉਹਨਾਂ ਨੇ ਵੀ ਰੋਡ ਸ਼ੋਅ ਕੀਤਾ ਸੀਗਾ। ਜੇ ਜਦ ਵੱਡੇ ਵੱਡੇ ਮੰਤਰੀ ਆ ਜਾਂਦੇ ਨੇ, ਦਿੱਗਜ ਲੋਕ ਆ ਜਾਂਦੇ ਨੇ, ਤੇ ਫਾਈਟ ਥੋੜੀ ਟਫ ਹੋ ਜਾਂਦੀ ਹੈ ਉੱਥੇ, ਔਰ ਡਿਸਾਈਡ ਕਰਨਾ ਮੁਸ਼ਕਿਲ ਹੋ ਜਾਂਦਾ ਹੈ ਇੱਕ ਆਮ ਜਨਤਾ ਲਈ ਕਿ ਅਸੀਂ ਕਿਹਨੂੰ ਚੁਣੀਏ। ਲੇਕਿਨ ਵੋਟ ਜਿਹੜੀ ਟੱਕਰ ਹੈ ਔਰ ਵੋਟ ਪਾਉਣ ਦਾ ਜਿਹੜਾ ਸਿਸਟਮ ਹੈ, ਉਹ ਹਰ ਬੰਦਾ ਆਪਣੇ ਅੰਦਰ ਮਨੋਂ ਜਾਣਦਾ ਹੈ ਕਿ ਉਹਨੂੰ ਕਿਹਨੂੰ ਵੋਟ ਪਾਉਣੀ ਹੈ। ਨੈਕਸਟ ਜਿਹੜੀ ਗੱਲ ਕਰਦੇ ਹਾਂ ਉਹ ਆਪਾਂ ਕਰਾਂਗੇ ਗੁਰਦਾਸਪੁਰ ਬਾਰੇ। ਗੁਰਦਾਸਪੁਰ 'ਚ ਤੁਹਾਨੂੰ ਦੱਸ ਦਈਏ ਕਿ ਭਾਜਪਾ, ਆਪ ਔਰ ਕਾਂਗਰਸ ਜਿਹੜੀ ਹੈ ਉਹਦੇ ਅੰਦਰ ਬੜੀ ਹੀ ਜ਼ਿਆਦਾ ਟੱਕਰ ਚੱਲ ਰਹੀ ਹੈ, ਬਹੁਤ ਹੀ ਜ਼ਿਆਦਾ ਪ੍ਰਚਾਰ ਹੋ ਰਿਹਾ ਇਸ ਜਗ੍ਹਾ ਦੇ ਅੰਦਰ। ਅਤੇ ਤੁਹਾਨੂੰ ਸਭ ਤੋਂ ਪਹਿਲਾਂ ਕੈਂਡੀਡੇਟ ਦੱਸ ਦਿੰਦੇ ਹਾਂ ਕਿ ਕੌਣ ਕੌਣ ਨੇ। ਅਕਾਲੀ ਤੋਂ ਨੇ ਦਲਜੀਤ ਚੀਮਾ ਜੀ, ਆਮ ਆਦਮੀ ਪਾਰਟੀ ਤੋਂ ਸ਼ੈਰੀ ਕਲਸੀ, ਕਾਂਗਰਸ ਤੋਂ ਨੇ ਸੁਖਜਿੰਦਰ ਰੰਧਾਵਾ ਜੀ ਔਰ ਭਾਜਪਾ ਤੋਂ ਨੇ ਦਿਨੇਸ਼ ਬੱਬੂ ਜੀ।
ਤੁਹਾਨੂੰ ਦੱਸ ਦਈਏ ਕਿ ਪਿਛਲੀ ਵਾਰੀ 2019 ਦੇ ਅੰਦਰ ਭਾਜਪਾ ਪਲੱਸ ਅਕਾਲੀ ਦਾ ਜਿਹੜਾ ਹੈ ਗਠਬੰਧਨ ਦੇ ਨਾਲ ਜਿਹੜਾ ਹੈ ਉਹ ਸਨੀ ਦਿਓਲ ਜਿਹੜੇ ਨੇ ਉਹ ਜਿੱਤੇ ਸੀਗੇ ਇਸ ਜਗ੍ਹਾ ਦੇ ਅੰਦਰ ਅੰਦਰ ਅਤੇ ਉਹਨਾਂ ਨੂੰ 50% ਤੋਂ ਉੱਪਰ ਜਿਹੜੀ ਹੈ ਉਹ ਵੋਟ ਮਿਲੀ ਸੀਗੀ ਅਤੇ ਹੁਣ ਡਿਸਾਈਡ ਕਰੇਗਾ ਕਿ ਕੌਣ ਬਣੇਗਾ ਇੱਧਰ ਔਰ ਜਿਹੜੀ ਫਾਈਟ ਜਿਹੜੀ ਚੱਲ ਰਹੀ ਹੈ ਉਹ ਹੈ ਭਾਜਪਾ ਆਮ ਕਾਂਗਰਸ ਦੇ ਵਿੱਚ ਤਾਂ ਕਿ ਕਿਹੜੀ ਜਿਹੜੀ ਹੈ ਉਹ ਸਿਆਸੀ ਜੰਗ ਦੇ ਅੰਦਰ ਦੇਖਾਂਗੇ ਕੱਲ੍ਹ 4 ਤਾਰੀਖ ਨੂੰ ਕੌਣ ਜਿੱਤੇਗਾ ਕੌਣ ਬਾਜ਼ੀ ਮਾਰੇਗਾ ਕੌਣ ਜਿਤਾਏਗਾ ਤੇ ਕੌਣ ਦਿੱਲੀ ਜਾਏਗਾ। ਨੈਕਸਟ ਗੱਲ ਕਰਦੇ ਹਾਂ ਆਪਾਂ ਫਰੀਦਕੋਟ ਦੀ। ਫਰੀਦਕੋਟ ਨੂੰ ਵੀ ਆਪਾਂ ਹੌਟ ਸੀਟ ਦੀ ਤਰੀਕੇ ਦੇ ਨਾਲ ਹੀ ਕੰਸੀਡਰ ਕਰਦੇ ਹਾਂ ਕਿਉਂਕਿ ਜਿਵੇਂ ਮੈਂ ਸ਼ੁਰੂ ਤੋਂ ਕਹਿਣ ਜਾ ਰਹੀ ਹਾਂ ਕਿ ਜਿਹੜਾ ਹੈ ਇਹ ਚਾਰ ਕੌਣਾਂ ਜਿਹੜਾ ਹੈ ਮੁਕਾਬਲਾ ਚੱਲ ਰਿਹਾ, ਫਰੀਦਕੋਟ ਵੀ ਜੋ ਹੈ ਉਹ ਹੌਟ ਸੀਟ ਹੋ ਗਈ ਹੈ ਡਿਕਲੇਅਰ। ਦੇਖਦੇ ਹਾਂ ਕਿ ਇੱਥੇ ਵੀ ਕੌਣ ਮਾਰੇਗਾ ਬਾਜ਼ੀ। ਸਭ ਤੋਂ ਜ਼ਿਆਦਾ ਜਿਹੜਾ ਮੁਕਾਬਲਾ ਇੱਥੇ ਨਜ਼ਰ ਆ ਰਿਹਾ ਹੈ ਉਹ ਨਜ਼ਰ ਆ ਰਿਹਾ ਕਾਂਗਰਸ ਔਰ ਬੀਜੇਪੀ ਦੇ ਅੰਦਰ ਅੰਦਰ। ਜਿਹੜੇ ਆਪਣੇ ਪਿੰਡ ਇਲਾਕੇ ਨੇ ਪੇਂਡੂ ਏਰੀਆ ਨੇ ਉਹਦੇ ਅੰਦਰ ਕਾਂਗਰਸ ਬਹੁਤ ਜ਼ਿਆਦਾ ਅੱਗੇ ਜਾ ਰਹੀ ਹੈ ਔਰ ਸ਼ਹਿਰੀ ਦੇ ਅੰਦਰ ਭਾਜਪਾ ਜੋ ਹੈ ਉਹ ਬਹੁਤ ਮਜ਼ਬੂਤ ਹੈ। ਹੁਣ ਤੁਹਾਨੂੰ ਕੈਂਡੀਡੇਟ ਦੱਸ ਦਿੰਦੇ ਹਾਂ ਔਰ ਅੱਗੇ ਦੱਸਦੇ ਹਾਂ ਕਿ ਕਿਵੇਂ ਕੌਣ ਕੌਣ ਖੜਾ ਹੋ ਰਿਹਾ, ਪਿਛਲੀ ਵਾਰੀ 2019 ਦੇ ਅੰਦਰ ਕੌਣ ਜਿੱਤਿਆ ਸੀਗਾ ਔਰ ਕਿੰਨੀ ਫੀਸਦੀ ਦੇ ਨਾਲ ਜਿੱਤਿਆ ਸੀਗਾ। ਭਾਜਪਾ ਦੇ ਜਿਹੜੇ ਖੜੇ ਨੇ ਇਸ ਵਾਰੀ ਉਹ ਹੰਸਰਾਜ ਹੰਸ ਜੀ, ਤੁਸੀਂ ਇਹਨਾਂ ਨੂੰ ਬਹੁਤ ਜ਼ਿਆਦਾ ਪ੍ਰਚਾਰ ਕਰਦੇ ਹੋਏ ਦੇਖਿਆ ਹੋਏਗਾ, ਸਿੰਗਰ ਨੇ ਬਹੁਤ ਜ਼ਿਆਦਾ ਆਪਣੇ ਪੁਰਾਣੇ ਔਰ ਸੂਫੀ ਗਾਣੇ ਗਾਉਂਦੇ ਨੇ, ਹੁਣ ਇਹ ਭਾਜਪਾ ਤੋਂ ਰਿਪ੍ਰੈਜੈਂਟ ਕਰ ਰਹੇ ਨੇ ਔਰ ਬਹੁਤ ਵੱਡੇ ਮੋਦੀ ਫੈਨ ਨੇ। ਅੱਗੇ ਚੱਲਦੇ ਹਾਂ ਕਾਂਗਰਸ ਤੋਂ, ਉਹ ਨੇ ਅਮਰਜੀਤ ਕੌਰ, ਅਕਾਲੀ ਤੋਂ ਹੈ ਰਾਜਵਿੰਦਰ ਜੀ ਔਰ ਆਮ ਆਦਮੀ ਪਾਰਟੀ ਤੋਂ ਹੈ ਕਰਮਜੀਤ ਜੀ। ਇਹਨਾਂ ਨੇ ਵੀ ਸ਼ੁਰੂ ਜਿਵੇਂ ਹੀ ਇਹ ਆਪਣੇ ਪੰਜਾਬੀ ਇੰਡਸਟਰੀ ਨੂੰ ਬਿਲੋਂਗ ਕਰਦੇ ਨੇ, ਇਹਨਾਂ ਨੇ ਜਿਵੇਂ ਹੀ ਇਹਨਾਂ ਦਾ ਨਾਮ ਆਇਆ ਸੀਗਾ ਉਹਨਾਂ ਨੇ ਉਸੇ ਦਿਨ ਹੀ ਆਪਣੀ ਅਗਲੇ 2-3 ਦਿਨ ਦੇ ਅੰਦਰ ਪਲੈਨਿੰਗ ਕਰਕੇ ਰੈਲੀ ਸਟਾਰਟ ਕਰਤੀ ਸੀਗੀ, ਆਪਣਾ ਪ੍ਰਚਾਰ ਸ਼ੁਰੂ ਕਰਤਾ ਸੀਗਾ। ਅਤੇ ਹੁਣ ਜਿਹੜੀ ਹੈ ਉਹ ਟਫ ਫਾਈਟ ਹੈ, ਇਹ ਹੌਟ ਸੀਟ ਦਾ ਸੈਂਟਰ ਬਣ ਗਿਆ। ਅਤੇ ਇੱਕ ਤੁਹਾਨੂੰ ਇਨਫੋਰਮੇਸ਼ਨ ਦੇ ਦਈਏ ਕਿ 2019 ਦੇ ਅੰਦਰ ਕਾਂਗਰਸ ਨੇ ਜੋ ਸੀਗਾ ਇਹਦੇ ਅੰਦਰ ਮੁਹੰਮਦ ਸਦੀਕ ਜਿੱਤੇ ਸੀਗੇ ਔਰ 43% ਜਿਹੜੀ ਹੈ ਉਹ ਵੋਟਿੰਗ ਦੇ ਨਾਲ ਉਹਨਾਂ ਨੇ ਜਿੱਤ ਹਾਸਲ ਕੀਤੀ ਸੀ। ਇਹ ਗੱਲ ਕੀਤੀ ਹੈ ਆਪਾਂ ਫਰੀਦਕੋਟ ਦੇ ਬਾਰੇ ਜੋ ਕਿ ਹੈ ਹੌਟ ਸੀਟ। ਹੁਣ ਆਪਾਂ ਗੱਲ ਕਰਦੇ ਹਾਂ ਅਨੰਦਪੁਰ ਸਾਹਿਬ ਦੇ ਬਾਰੇ 'ਚ। ਇੱਥੇ ਦੇਖਿਆ ਜਾਏ ਤਾਂ ਆਪ ਔਰ ਕਾਂਗਰਸ ਦੇ ਵਿੱਚ ਕਾਫੀ ਕੜੀ ਟੱਕਰ ਹੈ। ਅਤੇ ਹੁਣ ਤੁਹਾਨੂੰ ਦੱਸ ਦਿੰਦੇ ਹਾਂ ਕਿ ਇੱਥੇ ਕਿਹੜੇ ਕੈਂਡੀਡੇਟਸ ਨੇ ਜਿਹੜੇ ਆਪਸ 'ਚ ਸਿਆਸੀ ਜੰਗ ਲੜਨ ਜਾ ਰਹੇ ਨੇ। ਇਹ ਗੱਲ ਕਰ ਰਹੇ ਹਾਂ ਲੋਕ ਸਭਾ ਇਲੈਕਸ਼ਨ 2024 ਦੇ ਇੱਥੇ ਕੈਂਡੀਡੇਟਸ ਦੇ ਬਾਰੇ ਤੁਹਾਨੂੰ ਡਿਸਕਸ ਕਰਕੇ ਤੁਹਾਨੂੰ ਹੁਣੇ ਦੱਸਦੇ ਹਾਂ। ਕਾਂਗਰਸ ਦੇ ਅੰਦਰ ਹੈ ਵਿਜੇਂਦਰ ਸਿੰਘ ਸਿੰਗਲਾ ਜੀ, ਆਮ ਆਦਮੀ ਪਾਰਟੀ ਤੋਂ ਹੈ ਮਾਲਵਿੰਦਰ ਜੀ, ਭਾਜਪਾ ਤੋਂ ਸੁਭਾਸ਼ ਸ਼ਰਮਾ ਔਰ ਅਕਾਲੀ ਤੋਂ ਪ੍ਰੇਮ ਸਿੰਘ ਜੀ। ਤੁਹਾਨੂੰ ਦੱਸ ਦਈਏ ਕਿ ਇੱਥੇ ਜਿਹੜਾ ਹੈ ਆਪ ਔਰ ਕਾਂਗਰਸ ਦੇ ਅੰਦਰ ਕੜੀ ਟੱਕਰ ਹੈ ਔਰ ਇਹ ਟੱਕਰ ਹੁਣ ਕਿਹਦੇ ਲਈ ਫਾਇਦੇਮੰਦ ਰਹੇਗੀ ਔਰ ਕੌਣ ਖਾਏਗਾ ਇਹਦਾ ਨੁਕਸਾਨ, ਇਹ ਤਾਂ ਹੁਣ 4 ਜੂਨ ਨੂੰ ਹੀ ਪਤਾ ਲੱਗੇਗਾ। ਫਿਲਹਾਲ ਤੁਹਾਨੂੰ ਦੱਸ ਦਈਏ ਕਿ 2019 ਦੇ ਅੰਦਰ ਕਾਂਗਰਸ ਦੇ ਮਨੀਸ਼ ਤਿਵਾਰੀ ਜੀ ਇੱਥੇ ਜਿੱਤੇ ਸੀਗੇ, ਜਿਨ੍ਹਾਂ ਨੇ 39.6% ਦੇ ਨਾਲ ਜਿੱਤ ਹਾਸਲ ਕੀਤੀ ਸੀਗੀ। ਨੈਕਸਟ ਅਸੀਂ ਤੁਹਾਨੂੰ ਲੈ ਕੇ ਚੱਲਦੇ ਹਾਂ ਲੋਕ ਸਭਾ ਸੀਟ ਪਟਿਆਲਾ ਦੀ ਡਿਸਕਸ਼ਨ ਕਰਨ ਲਈ। ਪਟਿਆਲਾ ਦੀ ਗੱਲ ਕਰੀਏ ਤੇ ਸ਼ਹਿਰਾਂ ਦੇ ਅੰਦਰ ਇੱਥੇ ਬੀਜੇਪੀ ਜਿਹੜੀ ਹੈ ਉਹ ਅੱਗੇ ਹੈ ਤੇ ਗਾਓਂ ਔਰ ਜਿਹੜੇ ਪਿੰਡ ਨੇ ਉਹਦੇ ਅੰਦਰ ਕਾਂਗਰਸ ਔਰ ਉਹਦੇ ਅੰਦਰ ਆਮ ਆਦਮੀ ਪਾਰਟੀ ਔਰ ਅਕਾਲੀ ਦੇ ਵਿੱਚ ਜਿਹੜਾ ਹੈ ਉਹ ਤ੍ਰਿਕੋਣਾ ਮੁਕਾਬਲਾ ਚੱਲਦਾ ਪਿਆ ਹੈ। ਆਪਾਂ ਤੁਹਾਨੂੰ ਸੀਟਾਂ ਜਿਹੜੇ ਨੇ ਉਹ ਕੈਂਡੀਡੇਟਸ ਜਿਹੜੇ ਨੇ ਉਹ ਤੁਹਾਨੂੰ ਡਿਸਕਸ ਕਰਕੇ ਦੱਸ ਦਿੰਦੇ ਹਾਂ ਕਿ ਕੌਣ ਕੌਣ ਨੇ ਇਹਨਾਂ ਦੇ ਅੰਦਰ ਪਟਿਆਲਾ ਦੇ ਅੰਦਰ ਕੈਂਡੀਡੇਟਸ। ਪਰਨੀਤ ਕੌਰ ਭਾਜਪਾ ਤੋਂ, ਧਰਮਵੀਰ ਗਾਂਧੀ ਕਾਂਗਰਸ ਤੋਂ, ਅਕਾਲੀ ਤੋਂ ਐਨਕੇ ਸ਼ਰਮਾ ਔਰ ਡਾਕਟਰ ਬਲਬੀਰ ਆਮ ਆਦਮੀ ਪਾਰਟੀ ਤੋਂ ਨੇ ਜਿਹੜੇ ਕੰਟੈਸਟ ਕਰ ਰਹੇ ਨੇ ਦਿਹਾੜੀ ਸਿਆਸੀ ਜੰਗ ਜਿਹੜੇ ਨੇ ਉਹ ਲੜ ਰਹੇ ਨੇ ਆਪਸ ਦੇ ਅੰਦਰ। ਲੇਕਿਨ ਕਹਿਣ ਨੂੰ ਇੱਧਰ ਇਹ ਹੀ ਆ ਰਿਹਾ ਕਿ ਜਿਹੜੇ ਸ਼ਹਿਰੀ ਨੇ ਉਹ ਬੀਜੇਪੀ ਦੇ ਕਾਫੀ ਵੱਡੇ ਸਪੋਰਟਰਸ ਨੇ, ਲੇਕਿਨ ਪਿੰਡਾਂ ਦੇ ਅੰਦਰ ਜਿਹੜੀ ਹੈ ਉਹ ਜਿਹੜੀ ਹੈ 3 ਤਰਫਾ ਦੀ ਫਾਈਟ ਚੱਲਦੀ ਪਈ ਹੈ, ਉਹ ਹੈ ਆਮ ਆਦਮੀ ਪਾਰਟੀ, ਕਾਂਗਰਸ ਔਰ ਅਕਾਲੀ ਦਲ।
ਹੁਣ ਆਪਾਂ ਗੱਲ ਕਰਾਂਗੇ ਲੋਕ ਸਭਾ ਸੀਟਾਂ ਦੇ ਬਾਰੇ 'ਚ। ਹੁਣ ਜਿਹੜੀ ਜਗ੍ਹਾ ਆਪਾਂ ਡਿਸਕਸ ਕਰਨ ਜਾ ਰਹੇ ਹਾਂ ਉਹ ਹੈ ਖਡੂਰ ਸਾਹਿਬ ਜੀ। ਇੱਥੇ ਤੁਹਾਨੂੰ ਦੱਸ ਦਈਏ ਕਿ ਹੁਣ ਤੱਕ ਇਹ ਵੀ ਇੱਕ ਹੌਟ ਸੀਟ ਦਾ ਮੁੱਦਾ ਬਣ ਗਿਆ, ਕਿਉਂਕਿ ਇੱਥੇ ਆਏ ਨੇ ਅੰਮ੍ਰਿਤਪਾਲ ਜੀ, ਉਹ ਵੀ ਇੰਡੀਪੈਂਡੈਂਟ ਕੈਂਡੀਡੇਟ ਦੀ ਤਰ੍ਹਾਂ ਇੱਥੇ ਲੜ ਰਹੇ ਨੇ। ਉਹਨਾਂ ਦੀ ਐਂਟਰੀ ਦੇ ਨਾਲ ਹੀ ਇਹ ਜਗ੍ਹਾ ਜਿਹੜੀ ਹੈ ਉਹ ਹੌਟ ਸੀਟ ਜਿਹੜੀ ਹੈ ਡਿਕਲੇਅਰ ਕਰਦੀ ਗਈ ਹੈ। ਬਾਕੀ ਜਿਹੜੇ ਕੈਂਡੀਡੇਟਸ ਨੇ ਉਹਦੇ ਬਾਰੇ ਤੁਹਾਨੂੰ ਦੱਸ ਦਿੰਦੇ ਹਾਂ ਕਿ ਜਿਹੜੇ ਕਾਂਗਰਸ ਤੋਂ ਨੇ ਉਹ ਹੈ ਕੁਲਬੀਰ ਜੀਰਾ, ਆਮ ਆਦਮੀ ਪਾਰਟੀ ਤੋਂ ਲਾਲਜੀਤ, ਅਕਾਲੀ ਤੋਂ ਨੇ ਵਿਰਸਾ ਸਿੰਘ ਜੀ, ਔਰ ਭਾਜਪਾ ਤੋਂ ਨੇ ਮਨਜੀਤ ਸਿੰਘ ਜੀ। ਔਰ ਇਹਦੇ ਨਾਲ ਇੰਡੀਪੈਂਡੈਂਟ ਕੈਂਡੀਡੇਟ ਜਿਹੜੇ ਨੇ ਅੰਮ੍ਰਿਤਪਾਲ ਜੀ, ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਉਹਨਾਂ ਦੀ ਐਂਟਰੀ ਦੇ ਨਾਲ ਹੀ ਇਹ ਸੀਟ ਜਿਹੜੀ ਹੈ ਉਹ ਹੌਟ ਸੀਟ ਡਿਕਲੇਅਰ ਹੋ ਜਾਂਦੀ ਹੈ। ਔਰ ਕਾਫੀ ਟਫ ਫਾਈਟ ਹੈ ਇਹਦੇ ਅੰਦਰ, ਕਿਉਂਕਿ ਕਾਫੀ ਲੋਕ ਉਹਨਾਂ ਨੂੰ ਸਪੋਰਟ ਕਰ ਰਹੇ ਨੇ ਔਰ ਉਹਨਾਂ ਨੂੰ ਚਾਹੁੰਦੇ ਨੇ ਕਿ ਉਹ ਜਿੱਤ ਵੀ ਜਾਣ। ਲੇਕਿਨ ਇਹਦਾ ਫੈਸਲਾ ਤੁਸੀਂ ਲੋਕ ਕਰੋਗੇ, ਕਿਉਂਕਿ ਤੁਸੀਂ ਹੋ, ਵੋਟ ਤੁਹਾਡੇ ਹੱਥ 'ਚ ਹੈ, ਇਹ ਤੁਹਾਡਾ ਅਧਿਕਾਰ ਹੈ, ਇਹ ਤੁਹਾਡੀ ਡਿਊਟੀ ਹੈ ਕਿ ਤੁਸੀਂ ਵੋਟ ਕਾਸਟ ਕਰੋ, ਕਿਉਂਕਿ ਵੋਟ ਕਾਸਟ ਕਰੋਗੇ ਤਾਂ ਹੀ ਕੱਲ੍ਹ ਨੂੰ ਕੋਈ ਸਵਾਲ ਚੱਕ ਸਕੋਗੇ, ਆਪਣੇ ਹੱਕਾਂ ਦੇ ਲਈ ਲੜ ਸਕੋਗੇ, ਜੋ ਕੁਛ ਤੁਸੀਂ ਚਾਹੁੰਦੇ ਹੋ, ਚਾਹੇ ਉਹ ਆਪਣੇ ਬਿਜ਼ਨਸ ਦੇ ਰਿਲੇਟਿਡ ਹੋ, ਚਾਹੇ ਉਹ ਆਪਣੇ ਐਜੂਕੇਸ਼ਨ ਸਿਸਟਮ ਤੋਂ ਰਿਲੇਟਿਡ ਹੋ, ਚਾਹੇ ਉਹ ਆਪਣੇ ਆਸ ਪਾਸ ਦੇ ਰਿਲੇਟਿਡ ਕੋਈ ਵੀ ਸਿਸਟਮ ਤੋਂ ਰਿਲੇਟਿਡ ਹੋ, ਉਹਦੇ ਲਈ ਵੋਟ ਪਾਉਣਾ ਬਹੁਤ ਜ਼ਰੂਰੀ ਹੈ, ਵੋਟ ਕਾਸਟ ਕਰਨਾ ਬਹੁਤ ਜ਼ਰੂਰੀ ਹੈ। ਅਤੇ 2019 ਦੇ ਅੰਦਰ ਕਾਂਗਰਸ ਦੇ ਜਸਬੀਰ ਸਿੰਘ ਜੀ ਡਿੱਬਾ ਜੀ ਇੱਥੋਂ ਜਿੱਤੇ ਸੀਗੇ ਔਰ ਉਹਨਾਂ ਦੀ 43.9% ਤੋਂ ਉਹਨਾਂ ਨੇ ਜਿੱਤ ਹਾਸਿਲ ਕੀਤੀ ਸੀ। ਇਹ ਸੀਗੇ ਸਾਰੇ 13 ਲੋਕ ਸਭਾ ਸੀਟਾਂ, ਇਹ 'ਚ 2 ਹੌਟ ਸੀਟਾਂ ਸੀਗੀਆਂ ਔਰ ਲੁਧਿਆਣਾ ਵੀ ਜਿਹੜੀ ਹੈ ਉਹ ਹੌਟ ਸੀਟ ਹੈ। ਆਪਾਂ ਲੁਧਿਆਣਾ ਦੀ ਗੱਲ ਕਰਦੇ ਹਾਂ, ਇੱਥੇ ਬਹੁਤ ਟਫ ਫਾਈਟ ਚੱਲੀ ਹੈ, ਲੋਕ ਇੱਥੇ ਡੇਲੀ ਰੈਲੀ ਡੇਲੀ ਪ੍ਰਚਾਰ ਚੱਲਦਾ ਰਹਿੰਦਾ ਸੀਗਾ, ਹੁਣ ਇਹ ਪ੍ਰਚਾਰ ਜਾ ਕੇ ਥੰਮਿਆ ਹੈ। 1 ਜੂਨ ਅੱਜ ਦੀ ਤਾਰੀਖ 'ਚ ਇਹ ਵੋਟ ਦਾ ਡੇ ਹੈ। ਯੂ ਕਾਸਟ ਯੋਰ ਵੋਟ, ਰੇਜ਼ ਯੋਰ ਵੋਇਸ, ਬਿਕੋਜ਼ ਤੁਹਾਡਾ ਵੋਟ ਕਾਸਟ ਕੀਤਾ ਹੋਇਆ ਕੱਲ੍ਹ ਨੂੰ ਡਿਸਾਈਡ ਕਰੇਗਾ ਕਿ ਦਿੱਲੀ ਕੌਣ ਜਾਏਗਾ, ਕੌਣ ਬਣੇਗਾ ਪ੍ਰਧਾਨ ਮੰਤਰੀ ਔਰ ਕੌਣ ਬਣੇਗਾ ਸਾਡੇ ਏਰੀਆ ਦਾ ਮੈਂਬਰ ਪਾਰਲੀਮੈਂਟ।